ਮੌਲਵੀ ਜੀ, ਸਵਾਲ ਹੈ ਵੀ ਅਸਾਂ ਪਾਕਿਸਤਾਨੀ ਹਾਂ, ਇਹ ਵੀ ਮੁਸਲਮਾਨ ਹਾਂ, ਲੇਕਿਨ ਅਸਾਂ ਜਿਹੜੀ ਚੀਜ਼ ਅਛਣੀ ਹੈ ਖਾਈ ਜਾਣੀ ਹੈ, ਕੋਈ ਪਰਹੇਜ਼ ਨਾ ਕਰਨੇ, ਵੀ ਸ਼ੂਗਰ ਹੈ, ਇਹ ਹੈ, ਕੋਈ ਬਲੱਡ ਪ੍ਰੈਸ਼ਰ ਨਾ ਮਰੀਜ਼ ਹੈ, ਇੱਕ ਅਸਾਂ ਦੁਆ ਪਾਕਿਸਤਾਨੀ ਨਹੀਂ, ਹੈਲਪ ਵੀ ਨਾ ਕਰਨੇ, ਅਸਾਂ ਅਗਰ ਅਸਾਂਗੀ ਪਤਾ ਅਸਾਂ ਦੁਆ ਕੀ ਨਾ ਪਾਣੇ, ਵੀ ਯਾਰ ਇਹ ਚੀਜ਼ ਨਾ ਖਾਓ, ਇਹ ਨਾ ਖਾਓ, ਇਹ ਖਾਓ, ਕੋਈ ਸਿਸਟਮ ਹੋਣਾ ਚਾਹੀਦਾ। ਆਖਰੇ ਠੀਕ ਹੋ, ਜਿਹੜੀ ਗਜ਼ਾ ਯਾਨੀ ਜੀ, ਉਸਨੇ ਵਿੱਚ ਸਬਜ਼ੀਆਂ ਖਾਣੀਆਂ ਚਾਹੀਦੀਆਂ, ਸ਼ੂਗਰ ਮਿੱਠਾ ਘੱਟ ਖਾਣਾ ਚਾਹੀਦਾ, ਚਿਕਨਾਈ ਵਾਲੀ ਚੀਜ਼ਾਂ ਘੱਟ ਖਾਣੀਆਂ ਚਾਹੀਦੀਆਂ, ਸ਼ੂਗਰ ਔਰ ਚਿਕਨਾਈ ਵਾਲੀ ਚੀਜ਼ਾਂ ਖਾਈ ਮੁੜੀ ਬਹਿ ਦਿਓ, ਐਕਸਰਸਾਈਜ਼ ਨਾ ਕਰੋ ਜਾਂ ਕੋਈ ਤੁਰੋ ਸ਼ੁਰੋ ਨਾ, ਹੱਥਾਂ ਨਾਲ ਕੋਈ ਕੰਮ ਨਾ ਕਰੋ, ਇਸ ਨਾਲ ਜਿਹੜਾ ਡਾਇਬਿਟੀਜ਼ ਹੋਣਾ, ਹਾਰਟ ਦੀਆਂ ਬਿਮਾਰੀਆਂ ਹੋਣੀਆਂ, ਪੇਟ ਦੀਆਂ ਬਿਮਾਰੀਆਂ ਹੋਣੀਆਂ, ਬੇਸ਼ੁਮਾਰ ਬਿਮਾਰੀਆਂ ਪੈਦਾ ਹੋਣੀਆਂ। ਔਰ ਆਪਣੂੰ ਪਤਾ ਹੈ ਪਾਕਿਸਤਾਨ ਵਿੱਚ ਜਿਹੜਾ ਸਾਡਾ ਇਲਾ ਮਾਸ਼ਾਅੱਲਾ ਮੁਸਲਮਾਨ ਮੁਲਕ ਆ, ਦੁਕਾਨਦਾਰ ਵੀ ਮੁਸਲਮਾਨ ਹੈ, ਹਕੂਮਤ ਵੀ ਮੁਸਲਮਾਨ ਹੈ, ਕੰਟਰੋਲ ਕਰਨ ਵਾਲੇ ਮੁਸਲਮਾਨ ਨੇ, ਵੇਚਣ ਵਾਲੇ ਅਤੇ ਖਰੀਦਣ ਵਾਲੇ ਮੁਸਲਮਾਨ ਨੇ, ਲੇਕਿਨ ਹਰ ਚੀਜ਼ ਜ਼ਹਿਰੀ ਹੋਣੀ, ਜਿਸ ਵਜ੍ਹਾ ਤੋਂ ਬਿਮਾਰੀਆਂ ਬਹੁਤ ਜ਼ਿਆਦਾ ਹੀਆਂ। ਔਰ ਹਸਪਤਾਲਾਂ ਜਾਓ, ਉੱਥੇ ਜਨਾਬ ਬੜਾ ਰੋਣ ਨੱਚਣਾ ਔਰ ਬੰਦਾ ਤੋਬਾ ਕਰਨਾ। ਅਤੇ ਅਗਰ ਮੈਂ ਇਹ ਅਰਜ਼ ਕਰਾਂ ਕਿ ਲੋਕ ਅਗਰ ਆਪਣੇ ਇਕੱਠੇ ਬੱਚੇ ਰੱਖਣ, ਘਰਾਂ ਦੁੱਧ ਵੈ, ਔਰ ਇਸ ਤੋਂ ਇਲਾਵਾ ਮੰਨੀਆਂ ਬੱਕਰੀਆਂ ਕੋਈ ਵੀ ਚੀਜ਼ ਰੱਖੀ ਕਰਨ, ਇਸ ਤੋਂ ਇਲਾਵਾ ਸਬਜ਼ੀਆਂ ਆਪਣੀਆਂ ਵੈਨ, ਥੂਮ ਸ਼ੂਮ ਬੰਦਾ ਲਾਈ ਕਰਨਾ, ਸਬਜ਼ੀ ਲਾਈ ਕਰਨਾ, ਔਰਗੈਨਿਕ ਚੀਜ਼ਾਂ ਘਰਾਂ ਕੰਮ ਕਰਨਾ ਚਾਹੀਦਾ। ਅਗਰ 2 ਕਿਲੋ ਖਾਈ ਤਾਂ ਜਨਾਨੀਆਂ ਸਾੜੀਆਂ ਟੀ ਵੀ ਅਗਰ ਬੇਹ ਰਹੇ ਸਨ, ਸ਼ੁਕਰ ਹੀ ਹੋ ਸਕਦਾ, ਬੰਦੇ ਵੀ 2 ਕਿਲੋ ਖਾਈ, ਇੱਧਰ ਉੱਧਰ ਸ਼ਹਿਰਾਂ ਗਿਆ, ਚਾਹ ਸ਼ਾਹ ਪੀ, ਤਾਂ ਉਹ ਬਿਮਾਰ ਹੀ ਹੋ ਸਕਦਾ। ਇਹ ਖਾਲੀ ਜਿਸਮਾਨੀ ਬਿਮਾਰੀ ਨਹੀਂ ਹੋਣੀ, ਬਲਕਿ ਰੂਹਾਨੀ ਬਿਮਾਰੀ ਵੀ ਲੱਗਣੀ, ਔਰ ਜਨਾਬ ਜਿਸਮ ਵੀ ਠੀਕ ਨਹੀਂ, ਸਿਹਤ ਵੀ ਠੀਕ ਨਹੀਂ, ਮੈਂਟਲੀ ਵੀ ਬੰਦਾ ਠੀਕ ਨਹੀਂ ਹੋਣਾ, ਜਿਸ ਵਜ੍ਹਾ ਤੋਂ ਲੋਕਾਂ ਨਾਲ ਘਰਾਂ 'ਚ ਫਿਤਨੇ ਪੇਵੇ, ਔਰ ਲੜਾਈਆਂ ਝਗੜੇ, ਫਿਤਨੇ ਫਸਾਦ, ਲਾਲਚ ਲਿਆ ਲੱਪਾ, ਫਿਰ ਇੱਕ ਇੱਕ ਚੀਜ਼ ਨਾਲ ਦੂਈ ਚੀਜ਼ ਜੁੜੀ ਹੋਣੀ। ਲਿਆਜ਼ਾ ਤੁਹਾਨੂੰ ਗੱਲ ਬੜੀ ਠੀਕ ਕੀਤੀ, ਖਾਣੇ ਵਿੱਚ ਵੀ ਬੈਲੈਂਸ ਹੋਣਾ ਚਾਹੀਦਾ। ਔਰ ਆਖਰੀ ਗੱਲ, ਸਭ ਤੋਂ ਬੜੀ ਚੀਜ਼ ਹੈ ਕਿ ਅੱਲਾ ਨਾਲ ਰਿਸ਼ਤਾ, 5 ਵਕਤ ਦੀ ਅਗਰ ਨਮਾਜ਼ ਪੜ੍ਹੋ ਨਾ, ਤਾਂ ਐਕਸਰਸਾਈਜ਼ ਆਪੋ ਹੀ ਹੋ ਜਾਣੀ। ਮਸੀਤੀ ਅਗਰ ਜਾਓ ਤਾਂ, ਲੇਕਿਨ ਮਸੀਤੀ ਜਾਈ ਚੁੱਕੋ ਨਾ ਕਰੋ, ਮੌਲੀਆਂ ਕਿੱਦਾਂ ਨਾ ਕਰੋ, ਤਾਂ ਨਾ ਜਿਹੜਾ ਹੋਰ ਬੰਦਿਆਂ ਕਿੱਦਾਂ ਕਰੋ, ਆਪਣੇ ਜਿਹੜਾ ਰਾਮੇ ਨਾਲ ਨਮਾਜ਼ ਪੜ੍ਹੋ, ਅੱਲਾ ਲਾ ਕਹੀਏ, ਉੱਥੇ ਕੋਈ ਮੁਫਤੀ ਨਾ ਬਣੋ, ਇਹ ਚੀਜ਼ ਗਲਤ ਹੋਣੀ ਵੀ, ਇਹ ਚੀਜ਼ ਸਹੀ ਹੋਣੀ ਵੀ, ਠੀਕ ਹੈ ਨਾ।